ਸੂਟ ਬੜਾ ਸੋਹਣਾ ਮੰਮੀ ਦਾ। ਵਾਪਸ ਆਉਂਗੀ ਕਿ ਨਹੀਂ ਇਥੋਂ? ਤੂੰ ਵਾਪਸ ਆਉਂਗੀ? ਬੈਠੇ ਬੈਠੇ ਭੁੱਖ ਲੱਗ ਗਈ ਹੈ ਨਾ, ਜਿਦਾਂ ਕਿ ਹਰਜੀਤ ਕੌਰ ਜੀ ਆ ਜਾਓ ਤੁਸੀਂ। ਸੂਟ ਬੜਾ ਸੋਹਣਾ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਤੁਹਾਡਾ ਸੂਟ ਬੜਾ ਸੋਹਣਾ ਮੰਮੀ ਦਾ, ਇਹ ਮੈਂ ਹੀ ਲੈ ਕੇ ਦਿੱਤਾ ਮੰਨਣਾ। ਸ਼ੁਕਰ ਜੇ ਕਦੇ ਸੂਟ ਦੀ ਤਾਰੀਫ ਵਿੱਚ ਤੂੰ ਤਾਂ ਕਦੇ ਕੀਤੀ ਨੀ ਕਿਸੇ ਦੀ। ਲੈ ਸੋਹਣੀ ਚੀਜ਼ ਸੋਹਣੀ ਤੜ ਗਈ, ਕਿਉਂਕਿ ਰੱਬ ਦੀ ਬਣਾਈ ਚੀਜ਼ ਜਿਹੜੀ ਆ ਦੋ ਅੱਖਾਂ ਵੇਖਦੀਆਂ ਸੋਹਣੇ ਆਈਆਂ ਸਾਰੀਆਂ, ਜਿਵੇਂ ਕਿ ਮੇਰੀ ਮੰਮੀ ਅੱਜ ਬਾਅਦ ਰਸਤੇ ਆ। ਕਣਕ ਦਾ ਸਾਗ ਗੱਟੂ ਭਰਾ ਕੇ ਪਹਿਲਾਂ ਵਾਹ ਚੜੇ ਬਣਾ ਕੋਈ ਡੰਨ, ਕਣਕ ਦਾ ਗੱਟੂ ਭਰ ਕੇ ਰੱਖਦੇ ਹਾਂ ਆਪਾਂ। ਆਪ ਰੱਖ ਲੈ ਨੌਜਵਾਨ ਕੁੜੀਆਂ। ਤੇ ਤੂੰ ਕੀ ਆ? ਬੁੱਢਾ, ਗੋਡਿਆਂ 'ਚ ਮੇਰੀ ਯੂਰੀਆ। ਜੇ ਤੇਰੇ ਗੋਡਿਆਂ 'ਚ ਯੂਰੀਆ ਤਾਂ ਮੇਰੇ 'ਚ ਉਦੋਂ ਦੁੱਗਣਾ ਵਾ। ਕੱਢ ਕੇ ਖਾ ਮੱਕੀ ਨੂੰ ਬਾਲੀਏ, ਕੱਢ ਕੇ ਮੱਕੀ ਨੂੰ ਪਾਲੀਏ। ਹੈਂ ਯੂਰੀਆ ਤੇਰਾ, ਹੈਂ ਅੱਜ ਕਿੱਦਾਂ ਚੱਲੀਆਂ? ਦਿਨ ਤੇਰੇ ਰਹਿ ਗਏ ਥੋੜ੍ਹੇ। ਮੰਗਲਵਾਰ ਚੱਲ ਵਧਾਈਆਂ, ਤੈਨੂੰ ਵੀ ਵਧਾਈਆਂ। ਇੱਕ ਟਕਲਾ ਭਰ ਕੇ ਰੱਖ ਦਿਓ, ਅਸੀਂ ਫਿਰ ਚੱਲੇ ਆ ਦੂਜਾ ਕੀ ਕਰਨਾ, ਟਾਈਮ ਰੋਟੀ ਲੈਣੀ ਆ। ਇੱਥੇ ਦੇ ਨਾਲ ਹੈ ਜਗਜੀਤ ਕੌਰ ਜੀ, ਇੰਨੇ ਜਾਣੇ ਨੀ ਬਿਸਕੁਟ ਜਿੰਨੇ ਲੈ ਚੱਲਾ ਕਣਕ ਲੈ ਚੱਲੀ ਜਿੰਨੇ ਤੇ ਘਰੇ ਕੀ ਹੈਨੀ ਗੇ। ਅੱਛਾ ਉਹਦੇ ਲਈ ਕਿੰਨੇ ਲੱਗ ਜਾਣੇ? ਉਹਦੇ ਲਈ ਤਿੰਨ ਚਾਰ ਕਿਲੋ ਜਾਣੇ। ਘਿਓ ਲੈ ਚੱਲੀ ਦੇਸੀ? ਘਿਓ ਦੇਸੀ ਵੀ ਆ, ਦੁੱਧ ਵੀ ਆ, ਮੱਝਾਂ ਦਾ ਪਿਆਵਾਂ ਦਾ ਆਟਾ ਉੱਥੋਂ ਪਿਆ ਕੇ ਲੈ ਲੈਣਾ, ਖੰਡ ਵੀ ਪਵਾ ਲੈਣੀ, ਮੱਝਾਂ ਦੇ ਘਿਓ ਦਾ ਆ ਭਰ ਦੇ। ਇੱਦਾਂ ਕੱਟਾ ਭਰ ਦੇ, ਜ਼ਿਆਦਾ ਨਹੀਂ ਲੋੜ। ਇੱਦਾਂ ਨਹੀਂ ਕੱਟਾ ਪੂਰਾ ਹੀ ਭਰ, ਆਟਾ ਜੇ ਵੀ ਪਿਆ ਕੇ ਲਿਆਉਣਾ। ਇਹ ਬੀ ਵਾਲਾ ਦਵਾਈ ਲੱਗੀ ਹੁੰਦੀ ਆ, ਇਹ ਤਾਂ ਬੀ ਵਾਲਾ ਗੱਟਾ। ਤੂੰ ਖਾਦ ਵਾਲਾ ਪੁੱਠਾ ਕਰਕੇ ਭਰ ਦੇ। ਹਾਂ ਖਾਦ ਵਾਲਾ ਭਰ ਲਓ ਪੁੱਠਾ ਕਰਕੇ, ਉਹ ਸਹੀ ਆ। ਤੁਸੀਂ ਬਚਾ ਰਹੇ ਹੋ ਮਸੀਤਾਂ ਤੋਂ, ਮਸੀਤਾਂ ਤੋਂ ਵੀ ਤਾਂ ਧਰਮ ਕੱਟੋ, ਵੀ ਬਟਾ ਕੇ ਲਿਆਉਣੀ ਆ। ਬਿਸਕੁਟ ਬਣਾ ਕੇ ਲਿਆਉਣੇ ਆ ਤੇ ਮੋਟਾ ਨਾਲ ਚੱਲਾ ਮੰਮੀ ਨੇ। ਥੋੜੀ ਜੀ ਸ਼ਾਪਿੰਗ ਵੀ ਕਰਾ ਕੇ ਲਿਆਉਣੀ ਇਹਨੂੰ, ਸੂਟ ਲੈਣੇ ਹਲੇ ਰੱਜ ਦੀ ਥੋੜੀ ਨਾ ਸੂਟਾਂ ਨੂੰ। ਨਹੀਂ ਦੋ ਚਾਹੀਦੇ, ਉਹ ਤਾਂ ਠੰਡ ਆ, ਦੋ ਸੂਟ ਦੇ ਨਹੀਂ। ਮੋਟੇ ਸੂਟ ਲੈ ਕੇ ਆਉਣੇ? ਮੈਂ ਮੋਟੇ ਸੂਟ, ਮੋਟੇ ਸੂਟ ਲੈ ਕੇ ਆਉਣੇ, ਦੋ ਹੀ ਲਿਆਉਣੇ ਆ ਜਾਰੀ। ਮੈਂ ਤਾਂ ਜੀਨ ਜੂਨ ਲੈ, ਕੁਛ ਹੋਰ ਨੀ। ਕਿਉਂ ਵਿਆਹ ਪੈਂਦੀ ਕਿ ਨਹੀਂ ਟੁੱਟ ਟੁੱਟ ਕੇ? ਪੁੱਟਾ ਕਰ ਲੈ ਤੂੰ, ਲੈ ਲੈ ਕੋਈ ਨੀ। ਉਦਣ ਦਾ ਲਿਜਾਨਾ ਲਗਿਆ ਹੀ ਨੀ, ਚੇਤਾ ਹੀ ਨੀ ਰਿਹਾ ਇਹਨੂੰ। ਚਲੋ ਉੱਠੋ ਮਾਤਾ ਜੀ, ਰੱਖ ਲਈ ਬਸ, ਹੋਰ ਤਾਂ ਨੀ ਕੋਈ ਰੱਖਣਾ? ਹੋਰ ਕੀ ਰੱਖਣਾ? ਬਸ ਦੁੱਧ ਲਿਜਾਣਾ, ਘਿਓ ਲਿਜਾਣਾ ਤੇ ਨਾਲ ਖਾਣ ਦੀ ਰਿਪੋਰਟ ਲੈਣੀ ਆ, ਉਹਦੀ ਦਵਾਈ ਲਿਆਉਣੀ ਆ। ਇਹਦੀ ਮੰਮੀ ਕੀ ਖਾਂਦੇ ਕੀ ਨਹੀਂ ਖਾਂਦੇ ਸਾਨੂੰ ਵੀ ਪਤਾ ਲੱਗੇ। ਭਾਰਾ ਵਜਨ ਮੈਨੂੰ ਫੜਾ ਦਿਓ, ਤੁਸੀਂ ਆਪ ਹੀ ਚੜੋ, ਪਹਿਲੇ ਚੜ ਜਾਓਗੇ ਕਿ ਹੱਥ ਸਪੋਰਟ ਕਰਾਂ ਮਾੜੀ ਜੀ?
ਨਹੀਂ ਐਂ ਤਾਂ ਭਲਵਾਨ ਆ ਬਈ, ਐਂ ਤਾਂ ਦੱਸ ਲੈ ਹਰਜੀਤੀ ਦੱਬਦੀ ਕਿਤੇ ਕਿਉਂ ਉਹ ਜਾਂਦੀ ਜੇ ਛਾਲਾ ਮਾਰਦੀ। ਇਹ ਸਾਡੇ ਮਤਲਬ ਧਰਮਕੁੜ ਦੀ ਬੇਕਰੀ ਜਿੱਥੋਂ ਅਸੀਂ ਬਿਸਕੁਟ ਕਢਾ ਕੇ ਲੈ ਜਾਂਦੇ ਹਾਂ ਹਰ ਹਰੀ ਚੜ੍ਹਨਾ ਪੈਣਾ। ਉਹ ਆਹ ਜਗ੍ਹਾ ਮਾੜੀ ਜੀ ਬਾਹਲੀ ਛੋਟੀ ਨਹੀਂ ਬਣਾਈ ਜਾਂਦਾ, ਮਾੜਾ ਜਿਹਾ ਵੱਧ ਬੰਦਾ ਬੜਾ ਡੇਗ ਹੀ ਪਵੇ। ਹਾਂ ਬਾਈ ਕਾਫੀ ਵਾਟ ਹੈ ਉੱਤੇ, ਉੱਥੇ ਬਣਦੇ ਕਿ ਬਿਸਕੁਟ ਬਿਸਕੁਟ। ਚਲੋ ਆਰਾਮ ਨਾਲ ਬੈਠੇ ਬੈਠੇ ਭੁੱਖ ਲੱਗ ਗਈ ਹੈ ਨਾ, ਖਾਣ ਤਾਂ ਤੂੰ ਵੀ ਨਹੀਂ ਐਡੇ ਪਲੇਟ ਭਰ ਕੇ। ਇਹ ਤਾਂ ਗੱਲ ਝੂਠੀ ਹੈ ਵੀ ਲੈ ਜਾਂਦੇ ਤੇ ਖਾਣੇ, ਬੰਦਾ ਆਕੜ ਮਾੜਾ ਹੋਵੇ ਤੇ ਨਾ ਖਾਵੇ। ਹਾਂਜੀ ਵੀਰੇ ਠੀਕ ਹੈ ਵੀਰੇ, ਲਓ ਬਿਸਕੁਟ ਲੈ ਲਏ ਅਸੀਂ, ਅੱਖੇ ਵਾਲੇ ਬਕਸੇ 'ਚ ਅਸੀਂ ਬਿਸਕੁਟ ਪਾ ਲਏ ਆ। ਠੀਕ ਆ, ਹੁਣ ਸ਼ੋਪਿੰਗ ਕਰਨੀ ਆ ਪੂਰੀ ਡਨ ਹੋ ਗਈ। ਉਹਦੇ ਕਹਿਣ ਨਾ ਬਸ ਹਾਏ ਮੈਂ ਮਰ ਗਈ, ਬਸ ਮੇਰੇ ਤਾਂ ਗੋਡੇ ਦੇ ਗਏ ਜਵਾਬ, ਮੈਨੂੰ ਨਾ ਛੇੜੋ ਮੈਨੂੰ ਨਾ ਬੁਲਾਓ, ਹੈ ਨਾ ਮੰਮੀ। ਉਦੋਂ ਬਾਅਦ ਹੀ ਗਿਆ ਉਹ ਸਾਰੇ ਸ਼ਬਦ ਨਿਕਲਦੇ ਆ, ਉਦੋਂ ਪਹਿਲਾਂ ਨੀ ਇੱਕ ਵਾਰੀ ਵੀ ਨਿਕਲਣਾ ਇਹ ਸ਼ਬਦ ਕਿ ਨਹੀਂ ਮੇਰੇ 'ਚ ਸਾਹ ਸੱਤਿਆ ਨੀ, ਮੈਂ ਨੀ ਜਾਣ ਕੱਪੜੇ ਲੈਣ ਜਾਂ ਕੁਝ ਕਰਨ ਨਾ, ਜਮਾਂ ਹੀ ਨੀ ਬੀਬੀ ਨੇ। ਹਾਂ ਆਹੋ ਕਹਿੰਦੇ ਥੱਕੇ ਪਏ ਵਿਚਾਰੇ। ਲਿਆਇਆ ਕੁਝ ਚਾਨਣੀ ਚਾਨਣ ਆ ਗਰੂਆ, ਭਰਾਵਾ ਜਨਮ ਦਿਨ ਆਏ ਲਾਲਚੀ ਪਰਸਰੀ ਏਡਾ ਲਾਲਚੀ ਵੇਲਾ ਮੋਟੇ ਮੰਮੀ ਦਾ ਭਰਾ ਵੀ ਆ ਗਿਆ ਪਹੁੰਚ ਗਿਆ, ਕਹਿੰਦੇ ਮਿਲ ਲਈ ਦੇਸੀ ਘਿਓ ਦੇ ਬਿਸਕੁਟ ਖਾਓ ਤੁਸੀਂ ਤੋਰਨ, ਦੇਸੀ ਘਿਓ ਦੇ ਬਿਸਕੁਟ ਖਾਓ ਤੁਸੀਂ। ਮਾਮਾ ਅੱਗੇ ਕਹਿੰਦਾ ਕਹਿੰਦਾ ਤੂੰ ਚੱਲ ਮੈਂ ਵੀ ਆ ਗਿਆ, ਮਾਮਾ ਵੀ ਚੱਲਾ ਮਗਰੀ ਨਾਲ। ਹਾਂ
ਆ ਦੋਵੇਂ ਭੈਣ ਭਰਾ ਘੁੰਮਣ ਚੱਲੇ, ਉਹ ਕੈਨੇਡਾ ਚੱਲੀ, ਉਹ ਆਸਟ੍ਰੇਲੀਆ ਚੱਲਾ। ਮੈਂ ਆਸਟ੍ਰੇਲੀਆ ਚੱਲੀ ਆ, ਕੈਨੇਡਾ ਚੱਲਾ ਆਏ। ਮੈਨੂੰ ਕਿਹਾ ਮਾਮਾ ਆਸਟ੍ਰੇਲੀਆ ਜਾ ਗਿਆ ਪਹਿਲਾਂ। ਹਾਂ ਮਾਮਾ ਜਾ ਆਇਆ, ਮੈਂ ਬਣ ਗਿਆ ਇਹਨੇ ਮੈਲਬਨ ਇਹ ਮੈਂ ਦਰਸ਼ਨ ਆਪਾਂ ਵਧੀਆ ਮਾਮਾ ਮਾਮੇ ਤੁਸੀਂ ਦੇਖੋ ਦੁੱਧ ਵਾਲਿਆਂ ਦਾ ਕੰਮ ਐਵੇਂ ਨਹੀਂ ਹੁੰਦੇ। ਆ ਵੇ ਕੁੰਡੀਆਂ ਆਉਂਦੀਆਂ ਨਹੀਂ, ਡਰਮੀਆਂ ਟੰਗਲ ਦੀ ਬਣਾਈਆਂ। ਪਰ ਹੁਣ ਥੋੜੀ ਇਹਨਾਂ ਦਾ ਟਾਈਮ ਗਿਆ ਬਸ, ਕਿ ਹੁਣ ਕੈਨੇਡੀਅਨ ਕਦੋਂ ਮੁੜਦਾ ਬਸ ਭਰਾ ਵੀ ਮਿਲ ਗਿਆ ਵਾ, ਤੇ ਹਰਮਨ ਉਹਨਾਂ ਦਾ ਪਰਿਵਾਰ ਵੀ ਸਾਰਾ ਮਿਲ ਕੇ ਚਲ ਜਾ ਚੁੱਕਾ ਆ। ਤੇ ਹੁਣ ਅੱਗੇ ਹੋਰ ਜਿਵੇਂ ਜਿਵੇਂ ਚੀਜ਼ਾਂ ਜਿਹੜੀਆਂ ਲਿਆਉਣ ਵਾਲੀਆਂ ਜਾਂ ਪੈਕਿੰਗ ਕਰਨ ਵਾਲੀ ਉਹ ਚੀਜ਼ਾਂ ਕਰੀਏ। ਤੇ ਆਹ ਢਿੱਡੀ ਨੇ ਨਾਲ ਜਾਣਾ ਵਾ ਮੰਮੀ ਦੇ, ਤੂੰ ਤਿਆਰ ਆ ਮੰਮੀ ਦੇ ਨਾਲ ਜਾਣ ਨੂੰ? ਧਿਆਨ ਰੱਖੀ ਉੱਥੇ ਨਾਨੀ ਦਾ, ਉਹ ਨਾ ਵੀ ਨਾਨੀ ਤੇਰੀ ਗੁੰਮ ਜੇ ਕਿਤੇ, ਤੇ ਆਪ ਵੀ ਨਾ ਗੁੰਮ ਜਿਓ ਕਿਤੇ, ਦੋਵੇਂ ਜਾਣੀਆਂ। ਇਹ ਤੇ ਪ੍ਰਾਵੇ ਦੀ ਵੱਡੀ ਭੈਣ ਜਿਹੜੀ, ਇਹ ਦੋਵੇਂ ਨਾਲ ਚੱਲੀਆਂ ਵਾ। ਤੁਸੀਂ ਪੂਰੀਆਂ ਖੁਸ਼ ਹੈ ਨਾ ਚੱਲੀਆਂ? ਤੁਸੀਂ ਚਾਹ ਨਾ ਪੂਰਾ ਇਹ ਹਾਂਜੀ ਹਾਂਜੀ ਦੰਦ ਅੱਗੋਂ ਨਿਕਲ ਗਏ, ਤੇ ਦੰਦ ਦੇ ਚੂਹਾ ਲੈ ਗਿਆ ਅੱਗੋਂ ਵਿਚਾਰੀ ਦੇ। ਤੇ ਚਲੋ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ, ਅਤੇ ਜੇ ਤੁਹਾਨੂੰ ਵਲੌਗ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਸਬਸਕ੍ਰਾਈਬ ਵੀ ਕਰ ਲਿਆ ਕਰੋ ਚੈਨਲ ਨੂੰ, ਕਿਉਂਕਿ ਤੁਹਾਡੇ ਸਬਸਕ੍ਰਾਈਬ ਕਰਨਾ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਆ, ਅਤੇ ਨਵੇਂ ਨਵੇਂ ਆਪਾਂ ਵਲੌਗ ਪਾਉਂਦੇ ਰਹਾਂਗੇ। ਹੁਣ ਆਪਾਂ ਮਾੜਾ ਜਿਹਾ ਹੋਏ ਹਾਂ ਐਕਟਿਵ ਵਲੌਗਿੰਗ ਦੇ ਵਿੱਚ, ਫਿਰ ਮਾੜਾ ਜਿਹਾ ਇਹਨਾਂ ਵਿੱਚ ਕੰਮ ਢਿਲਾਇਆ ਪਾ ਲਿਆ ਕਰਕੇ, ਅਤੇ ਚੱਲ ਗੈਪ ਪੈ ਗਿਆ, ਪਰ ਹੁਣ ਨਹੀਂ ਪੈਣ ਦਿੰਦੇ, ਹੁਣ ਨਾਲ ਦੀ ਨਾਲ ਵਲੌਗਿੰਗ ਕਰੀ ਜਾਵਾਂਗੇ। ਚਲੋ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ, ਬਾਏ ਬਾਏ, ਟਾਟਾ, ਸੀ ਯੂ ਨਾਰਾ।